ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਦਸਤਕ ਦਾ ਤਹਿ ਦਿਲ ਤੋਂ ਧੰਨਵਾਦ ਹਾਂ ਤੁਸੀਂ ਗੱਲਬਾਤ ਕਰਨ ਦਾ ਮੈਨੂੰ ਜਿਹੜਾ ਸਮਾਂ ਬਖਸ਼ਿਸ਼ ਕੀਤਾ ਹੈ ਧੰਨਵਾਦ ਤੁਹਾਡਾ ਜੀ ਗੱਲ ਕਰ ਲਈਏ ਮੋਰਚਾ ਲੱਗਿਆ ਆ ਬਹੁਤ ਜਥੇਬੰਦੀਆਂ ਵੀ ਇੱਥੇ ਆ ਰਹੀਆਂ ਆ ਪਰ ਢਾਡੀ ਜਦੋਂ ਆਉਂਦੇ ਨੇ ਜਾਂ ਕਮਿਸ਼ਨਰ ਆਉਂਦੇ ਨੇ ਕਿਉਂਕਿ ਤੁਹਾਡਾ ਪਿਛੋਕੜ ਕਮਿਸ਼ਨਰ ਨਾਲ ਜੁੜਿਆ ਹੋਇਆ ਵਾ ਤਾਂ ਆਉਂਦੇ ਤਾਂ ਇੱਕ ਅਲੱਗ ਹੀ ਜਿਹੜਾ ਆ ਜਨੂਨ ਜਿਹੜਾ ਆ ਉਹ ਸੰਗਤ ਅੰਦਰ ਜਾਗ ਜਾਂਦਾ ਆ ਕਿਵੇਂ ਦੇਖਦੇ ਸੀ ਜੀ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਜਿਹੜਾ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਹਨਾਂ ਨੂੰ ਲੈ ਕੇ ਲੱਗ ਚੁੱਕਾ ਹੈ ਤਾਂ ਇਹਦੇ ਵਿੱਚ ਜਿੱਥੇ ਵੱਖ ਵੱਖ ਧਿਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਉੱਥੇ ਧਰਮ ਦੇ ਖੇਤਰ ਦੇ ਨਾਲ ਜੁੜੇ ਹੋਏ ਜਿਹੜੇ ਢਾਡੀ ਨੇ ਰਾਗੀ ਨੇ ਜਾਂ ਕਵੀਸ਼ਰੀ ਜਥੇ ਨੇ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਤੁਸੀਂ ਜੋਸ਼ ਦੀ ਗੱਲ ਕੀਤੀ ਤਾਂ ਜੇ ਅਸੀਂ ਪਿਛੋਕੜ ਦੇ ਵਿੱਚ ਜਾਂਦੇ ਹਾਂ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਇਹ ਸਿਹਰਾ ਜਾਂਦਾ ਹੈ ਕਿ ਜਿਨ੍ਹਾਂ ਨੇ ਭਾਈ ਨੱਥਮਲ ਜੀ ਅਤੇ ਭਾਈ ਅਬਦੁੱਲ ਜੀ ਨੂੰ ਆਪਣੇ ਕੋਲ ਬੁਲਾ ਕੇ ਜਿਹੜਾ ਸੀ ਉਸ ਵਕਤ ਉਹਨਾਂ ਦੇ ਕੋਲੋਂ ਵੀਰ ਰਸੀ ਵਾਰਾਂ ਸਰਵਣ ਕੀਤੀਆਂ ਭਾਵ ਕਿ ਜਿਹੜੇ ਲੋਕ ਰਾਜੇ ਮਹਾਰਾਜਿਆਂ ਦੇ ਵਿੱਚ ਢਾਡੀ ਬਣ ਕੇ ਜਾਇਆ ਕਰਦੇ ਸੀ ਔਰ ਗੁਜ਼ਰਾਨ ਜੋਗਾ ਪੈਸਾ ਲੈ ਕੇ ਪੈਸੇ ਮੰਗ ਕੇ ਆਪਣੇ ਘਰ ਦਾ ਗੁਜ਼ਰਾਨ ਚਲਾਇਆ ਕਰਦੇ ਸੀ ਅਤੇ ਕੇਵਲ ਉਹ ਦੁਨਿਆਵੀ ਰਾਜੇ ਮਹਾਰਾਜਿਆਂ ਦੀ ਸਿਫਤ ਕਰਦੇ ਸੀ ਪਰ ਜਦੋਂ ਛੇਵੇਂ ਪਾਤਸ਼ਾਹ ਨੇ ਢਾਡੀ ਸਾਜ ਦਿੱਤੇ ਤਾਂ ਉਹਨਾਂ ਨੇ ਉਸ ਅਕਾਲ ਦੀ ਪਰਮਾਤਮਾ ਦੀ ਉਸਤਤ ਦੇ ਵਿੱਚ ਜਾਂ ਜਿਹੜਾ ਸਿੱਖ ਇਤਿਹਾਸ ਸੀ ਉਹਨੂੰ ਢਾਡੀ ਕਲਾ ਦੇ ਰਾਹੀਂ ਗਾਉਣਾ ਸ਼ੁਰੂ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਸੀ ਜੋਸ਼ੀਲੀਆਂ ਵਾਰਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਜਿਹੜਾ ਸੀ ਗੁਰੂ ਕੇ ਸਿੰਘ ਸਜੇ ਸ਼ਸਤਰਧਾਰੀ ਹੋਏ ਜਿਹੜੇ ਭਾਰਤ ਦੇ ਲੋਕ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦੇ ਸੰਗਲਾਂ ਦੇ ਵਿੱਚ ਜਕੜੇ ਪਏ ਸੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਅਜਿਹੀ ਦਾਤ ਬਖਸ਼ਿਸ਼ ਕੀਤੀ ਕਿ ਉਹ ਉਹਨਾਂ ਢਾਡੀ ਸਿੰਘਾਂ ਦੀ ਵਾਰਾਂ ਸਰਵਣ ਕਰਕੇ ਜਿਹੜਾ ਸੀ ਇਸ ਖੇਤਰ ਦੇ ਵਿੱਚ ਨਿਤਰ ਕੇ ਔਰ ਸਮਾਜ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਤਾਂ ਉਸੇ ਜਿਹੜੀ ਸਿਧਾਂਤ ਦੇ ਤਹਿਤ ਅੱਜ ਵੀ ਜਿਹੜੇ ਢਾਡੀ ਰਾਗੀ ਜਾਂ ਕਵੀਸ਼ਰ ਜਥੇ ਨੇ ਉਸੇ ਮੁਤਾਬਕ ਚੱਲਦੇ ਆ ਰਹੇ ਨੇ ਪੱਤਰਕਾਰ ਜੀ ਗੱਲ ਕਰ ਲਈ ਜਿਸ ਤਰ੍ਹਾਂ ਤੁਸੀਂ ਪੱਤਰਕਾਰ ਵੀ ਹੋ ਪੱਤਰਕਾਰ ਕਹਿੰਦੇ ਹਮੇਸ਼ਾ ਨਿਰਪੱਖ ਹੁੰਦਾ ਆ ਪਰ ਤੁਹਾਡੀਆਂ ਹੋਰ ਵੀ ਪਹਿਲਾਂ ਕਈ ਇੰਟਰਵਿਊਜ਼ ਦੇਖੀਆਂ ਨੇ ਮੋਰਚੇ ਬਾਰੇ ਤੁਸੀਂ ਕਾਫੀ ਬੋਲਦੇ ਹੋ ਲੱਗਦਾ ਕਿ ਜਦੋਂ ਕਿਤੇ ਧੱਕਾ ਹੁੰਦਾ ਉਦੋਂ ਪੱਤਰਕਾਰਾਂ ਨੂੰ ਵੀ ਜਿਹੜੀ ਆ ਕਿਉਂਕਿ ਇੱਕ ਪੱਖ ਜਿਹੜਾ ਉਹ ਲੈਣਾ ਪੈ ਜਾਂਦਾ ਹੈ ਬਾਈ ਜੀ ਨਿਰਪੱਖ ਜ਼ਰੂਰ ਹੁੰਦਾ ਹੈ ਪੱਤਰਕਾਰ ਪਰ ਜਿਸ ਪੀੜਤ ਧਿਰ ਦੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੋਵੇ ਤਾਂ ਉਹਨਾਂ ਦੇ ਵਿੱਚ ਇੰਨੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਕੇ ਉਹਨਾਂ ਘਟਨਾਵਾਂ ਨੂੰ ਵਿਖਾਉਣ ਦੇ ਨਾਲ ਨਾਲ ਪੱਤਰਕਾਰ ਦਾ ਵੀ ਇੱਕ ਮੁੱਢਲਾ ਫਰਜ਼ ਬਣਦਾ ਹੈ ਕਿ ਉਸ ਪੀੜਤ ਧਿਰ ਦੇ ਨਾਲ ਇੱਕ ਲੋਹੇ ਵਾਂਗ ਚਟਾਨ ਵਾਂਗ ਖੜ੍ਹ ਜਾਣਾ ਅਸਲ ਪੱਤਰਕਾਰ ਇਹ ਹੁੰਦਾ ਆ ਕੋਈ ਪੱਤਰਕਾਰ ਦਾ ਧਰਮ 'ਤੇ ਚਾਹੇ ਪੱਖਪਾਤ ਨੂੰ ਲੈ ਕੇ ਨਹੀਂ ਹੁੰਦਾ ਪਰ ਸਭ ਤੋਂ ਮੁੱਢਲਾ ਫਰਜ਼ ਜਿਹੜਾ ਇਹ ਹੁੰਦਾ ਤਾਂ ਜਦੋਂ ਅਸੀਂ ਮੋਰਚੇ ਦੇ ਵਿੱਚ ਕਵਰ ਕਰਦੇ ਹਾਂ ਮੋਰਚੇ ਦੇ ਵਿੱਚ ਉਹ ਲੋਕ ਪੁੱਜ ਰਹੇ ਨੇ ਜਿਹੜੇ ਮਨ ਦੇ ਵਿੱਚ ਪੰਥ ਦਾ ਦਰਦ ਲੈ ਕੇ ਇਸ ਸਮਾਜ ਦੇ ਵਿੱਚ ਵਿਚਰਦੇ ਪਏ ਨੇ ਕਿਉਂਕਿ ਜੇ ਗੱਲ ਕੀਤੀ ਜਾਂਦੀ ਕਿਤੇ ਨਾ ਕਿਤੇ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਨੌਜਵਾਨ ਆਈਲੈਟਸ ਕਰ ਰਹੇ ਨੇ ਬਾਹਰ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਜਦੋਂ ਨੌਜਵਾਨ ਬਾਹਰ ਜਾ ਰਹੇ ਨੇ ਬਾਹਰੋਂ ਪਰਤ ਕੇ ਜਿਹੜਾ ਪੰਜਾਬ ਦੀ ਧਰਤੀ 'ਤੇ ਆ ਰਹੇ ਨੇ ਕਿਉਂਕਿ ਉੱਥੇ ਵੀ ਕੰਮ ਕਾਜ ਹੈ ਉੱਥੇ ਜਿਹੜੀ ਸੰਤੁਸ਼ਟੀ ਇੱਥੇ ਪੰਜਾਬ ਦੀ ਧਰਤੀ 'ਤੇ ਜਿਸ ਪੰਜਾਬ ਦੀ ਧਰਤੀ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਗੁਰਾਂ ਦੇ ਨਾਮ ਦੇ ਉੱਪਰ ਜਿਉਣ ਵਾਲੇ ਪੰਜਾਬ ਦੇ ਵਿੱਚ ਜਿਹੜੀ ਤਾਕਤ ਹੈ ਜਿਹੜੀ ਇਸ ਸਾਰ ਜ਼ਮੀਨ ਦੇ ਵਿੱਚ ਜਿਹੜੀ ਪਾਵਰ ਕਹਿ ਸਕਦੇ ਹੋ ਉਸ ਹੋਰ ਦੁਨੀਆ ਦੇ ਕਿਸੇ ਵੀ ਜਿਹੜੀ ਖੇਤਰ ਦੇ ਵਿੱਚ ਕਿਸੇ ਦੇਸ਼ ਵਿਦੇਸ਼ ਦੇ ਵਿੱਚ ਨਹੀਂ ਅੱਜ ਨੌਜਵਾਨਾਂ ਨੂੰ ਇਸ ਮੋਰਚੇ ਦੇ ਵਿੱਚ ਜਿਹੜਾ ਇਸ ਧਰਤੀ 'ਤੇ ਆਉਣਾ ਵੀ ਲਾਜ਼ਮੀ ਅਤੇ ਅਸੀਂ ਵੀ ਬਤੌਰ ਪੱਤਰਕਾਰ ਵਜੋਂ ਜਿਹੜੇ ਮੋਰਚੇ ਦੇ ਵੱਖ ਵੱਖ ਪੱਖ ਨੇ ਉਹਨਾਂ ਨੂੰ ਸਾਹਮਣੇ ਰੱਖਣ ਦਾ ਯਤਨ ਕਰਦੇ ਹਾਂ ਗੱਲ ਕਰ ਲਈਏ ਮੋਰਚੇ ਨੂੰ ਇਸ ਵੇਲੇ ਮੋਰਚਾ ਤਕਰੀਬਨ ਡੇਢ ਮਹੀਨੇ ਦੇ ਕਰੀਬ ਜਿਹੜਾ ਮੋਰਚਾ ਲੱਗੇ ਨੂੰ ਹੋ ਚੱਲਿਆ ਆ ਤਾਂ ਕਿਸ ਅੱਖ ਦੇ ਨਾਲ ਇਹ ਮੋਰਚਾ ਦੇਖਣਾ ਚਾਹੀਦਾ ਆ ਕਿਉਂਕਿ ਵੈਸੇ ਤਾਂ ਮੋਰਚੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਵੱਖੋ ਵੱਖਰੇ ਪਿੰਡਾਂ ਦੇ ਇੱਕ ਤਰ੍ਹਾਂ ਦਾ ਪੰਜਾਬ ਵਸਿਆ ਹੋਇਆ ਵਾ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤਾਂ ਮੋਰਚੇ ਨੂੰ ਜਿਹੜਾ ਆ ਕੀ ਲੱਗਦਾ ਕਿਸ ਅੱਖ ਦੇ ਨਾਲ ਦੇਖਣਾ ਚਾਹੀਦਾ ਬਈ ਮੋਰਚੇ ਨੂੰ ਤਾਂ ਬਿਲਕੁਲ ਉਸੇ ਅੱਖ ਦੇ ਨਾਲ ਦੇਖਿਆ ਜਾ ਸਕਦਾ ਜਦੋਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਸਿੰਘ ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰਦੇ ਸੀ ਸਿੰਘ ਜਦੋਂ ਪ੍ਰਸ਼ਾਦਾ ਤਿਆਰ ਕਰਦੇ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਸੀ ਨਗਾਰੇ ਦੇ ਉੱਪਰ ਚੋਟ ਲਗਾ ਕੇ ਇਹ ਆਵਾਜ਼ਾਂ ਦਿੱਤਾ ਜਾਂਦਾ ਸੀ ਕਿ ਜੇ ਕੋਈ ਪੇੜ ਤੋਂ ਭੁੱਖਾ ਹੈ ਜੇ ਕੋਈ ਪਿਆਸਾ ਹੈ ਉਹ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਜਲ ਪਾਣੀ ਛਕ ਸਕਦਾ ਹੈ ਅਤੇ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਜਦੋਂ ਅਸੀਂ ਪਿਛੋਕੜ ਦੇ ਵਿੱਚ ਦੇਖਦੇ ਹਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਵੱਲੇ ਝਾਤ ਮਾਰਦੇ ਆ ਉੱਥੇ ਭਾਈ ਕਨ੍ਹੱਈਆ ਜੀ ਦਾ ਯੋਗਦਾਨ ਆਉਂਦਾ ਹੈ ਭਾਈ ਕਨ੍ਹੱਈਆ ਜੀ ਜੰਗ ਦੇ ਵਿੱਚ ਜਾਂਦੇ ਨੇ ਜਿੱਥੇ ਸਿੰਘਾਂ ਨੂੰ ਜਲ ਪਾਣੀ ਦੇ ਰਾਹੀਂ ਸੇਵਾ ਕਰਦੇ ਨੇ ਉੱਥੇ ਦੁਸ਼ਮਣ ਨੂੰ ਵੀ ਬਰਾਬਰ ਦੇ ਨਾਲ ਜਿਹੜਾ ਜਲ ਪਾਣੀ ਛਕਾਉਂਦੇ ਆ ਅੱਜ ਉਸੇ ਤਰ੍ਹਾਂ ਜਦੋਂ ਮੋਰਚੇ ਦੇ ਵਿੱਚ ਵਿਚਰਦੇ ਆ ਨੌਜਵਾਨਾਂ ਦਾ ਚਾਹੇ ਪੁਲਿਸ ਦੇ ਨਾਲ ਤਕਰਾਰ ਵੀ ਹੁੰਦਾ ਆ ਅਤੇ ਜਿੱਥੇ ਨੌਜਵਾਨਾਂ ਨੂੰ ਲੰਗਰ ਛਕਾਉਣ ਵਾਸਤੇ ਸੰਗਤ ਨੂੰ ਲੰਗਰ ਛਕਾਉਣ ਵਾਸਤੇ ਸੇਵਾਦਾਰ ਸਿੰਘ ਜਾਂਦੇ ਨੇ ਅਤੇ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਬਰਾਬਰ ਦਾ ਲੰਗਰ ਛਕਾਇਆ ਜਾਂਦਾ ਹੈ ਇਹ ਵੇਖੋ ਇੱਕ ਕਿੰਨਾ ਸੋਹਣਾ ਪੱਖ ਹੈ
कि जो असी गुरु के इतिहास तो सिख प्रेरणा लैके चलता आ जिते जेड़े लोग साढ़े डांगा मारते हैं जेड़े लोग सानू वख वख तरीकों के नाल टॉर्चर करते हैं पंजाब पुलिस जो उपर टैग लगते हैं कि इन्होंने खाड़कूवाद के दौर दे विच जिहड़ा सी नौजवानों झूठे पुलिस मुकाबले बना के मारिया पर यह कौम सूरमियां दी है कौम बहादरां दी है जिहड़ी खालसा ही निशाना दी अगवाई दे विच लड़दी है दुश्मन नूं वी सारिआं नूं इक करके जाणदी ते जिहड़े मोर्चे दे तमाम पक्ष ने इन्हां तों सानूं सिखलाई लैण दी जरूरत है जिहड़े छोटे छोटे बच्चिआं नूं इत्थे लै के आउणा चाहीदा है ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਹੈ ਉਹ ਯਾਦ ਰੱਖਣ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਪੰਥ ਨੇ ਕਿਹੜੀ ਪਿਰਤ ਪਾਈ ਹੈ ਕਿ ਇੱਥੇ ਸਭੇ ਸਾਂਝੀ ਵਾਲ ਸਦਾਇਨ ਤੂੰ ਕੋਈ ਨਾ ਦਿਸੈ ਬਾਹਰਾ ਜੀਓ ਇੱਥੇ ਸਭਨਾਂ ਵਾਸਤੇ ਸਿਧਾਂਤ ਇੱਕ ਤਰ੍ਹਾਂ ਦਾ ਹੈ ਮੈਂ ਸਮਝਦਾ ਕਿ ਜਿਹੜੇ ਜਿੱਥੇ ਮੋਰਚੇ ਪੰਥ ਦੀਆਂ ਮੰਗਾਂ ਨੂੰ ਲੈ ਕੇ ਲੱਗੇ ਹੋਏ ਆ ਅਤੇ ਉੱਥੇ ਕਿਤੇ ਨਾ ਕਿਤੇ ਸਾਡੇ ਵਿੱਚ ਸਿੱਖੀ ਸਪਿਰਟ ਭਰਨ ਜਾਂ ਸਿਧਾਂਤ ਦੇ ਨਾਲ ਜੋੜਨ ਵਾਸਤੇ ਵੀ ਹੈ ਬਈ ਸੰਗਤ ਦਾ ਜਾਂ ਕਈ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਕਿ ਜਿਹੜਾ ਸਿੱਖ ਪੰਥ ਹੈ ਕਿਉਂਕਿ ਪੰਥ ਪਹਿਲਾਂ ਤੋਂ ਜੰਗ ਯੁੱਧਾ ਕਰਦਾ ਆ ਰਿਹਾ ਕਦੇ ਕਿਸੇ ਸਾਹਮਣੇ ਮੰਗ ਨਹੀਂ ਰੱਖਦਾ ਇਹਨੂੰ ਪੰਥਕ ਮੋਰਚਾ ਵੀ ਕਿਹਾ ਜਾ ਰਿਹਾ ਪਰ ਮੰਗ ਵੀ ਕਹਿੰਦੇ ਨਾਲ ਰੱਖ ਰਿਹਾ ਕੀ ਲੱਗਦਾ ਹੈ ਕਿ ਇਹ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਕਿ ਪੰਥ ਵੀ ਆ ਅਤੇ ਮੰਗ ਵੀ ਕਰ ਰਿਹਾ ਬਾਈ ਜੀ ਦੇਖੋ ਜੀ ਇੱਕ ਜਿਹੜਾ ਭਾਰਤ ਨੂੰ ਇਹ ਇੱਕ ਤਰ੍ਹਾਂ ਦੇ ਨਾਲ ਦੇਖਿਆ ਜਾਂਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਬੜਾ ਇੱਕ ਪੀਸਫੁਲੀ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਅਪੀਲਸ ਹੈਗੀਆਂ ਨੇ ਜਾਂ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਖਿਆ ਜਾ ਸਕਦਾ ਹੈ ਬਿਲਕੁਲ ਇੱਥੇ ਪੰਥ ਨਹੀਂ ਮੰਗ ਰੱਖ ਲਿਆ ਕਿਉਂਕਿ ਜੇ ਅਸੀਂ ਪੰਥ ਦੀ ਗੱਲ ਕਰਦੇ ਨਾ ਪੰਥ ਕਿਸੇ ਦੇ ਕੋਲੋਂ ਹੱਥ ਅੱਡ ਕੇ ਨਹੀਂ ਮੰਗਦਾ ਇੱਕ ਜਿਹੜੀ ਰਵਾਇਤ ਬਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਖੱਬੇ ਪੱਖੀ ਧਿਰਾਂ ਵੀ ਨੇ ਜਿੱਥੇ ਪੰਥ ਵਿਚਰਦਾ ਉੱਥੇ ਖੱਬੇ ਪੱਖੀ ਕ੍ਰਿਟੀਸਾਈਜ਼ ਕਰਨ ਵਾਲੀਆਂ ਧਿਰਾਂ ਵੀ ਨੇ ਉਹ ਵੀ ਜਦੋਂ ਪੰਥ ਦਾ ਕ੍ਰਿਟੀਸਾਈਜ਼ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਆਲੋਚਨਾਤਮਕ ਜਿਹੜੇ ਪੱਖ ਕਹਿ ਸਕਦੇ ਹੋ ਸਾਹਮਣੇ ਆਉਂਦੇ ਆ ਤਾਂ ਇੱਥੇ ਪੰਥ ਦਾ ਦੇਖਣਾ ਪਵੇਗਾ ਕਿ ਪੰਥ ਕਿਸ ਤਰੀਕੇ ਦੇ ਨਾਲ ਵਿਚਰ ਰਿਹਾ ਹੈ ਮੰਗ ਇਹੀ ਹੈ ਕਿ ਜਿਹੜੇ ਬੰਦੀ ਸਿੰਘ ਉਹ ਰਿਹਾਅ ਕੀਤੇ ਜਾਣੇ ਚਾਹੀਦੇ ਆ ਜੇ ਤੁਸੀਂ ਮੰਨਦੇ ਹੋ ਕਿ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ ਨੇ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਆਪਣੇ ਅਲੈਦਾ ਰਾਜ ਦੀ ਮੰਗ ਨਾ ਕਰਨ ਉਹ ਰਾਜ ਉਹ ਮੰਗ ਕਰਦੇ ਨੇ ਤੁਹਾਡੇ ਭਾਰਤੀ ਸੰਵਿਧਾਨ ਦੇ ਵਿੱਚ ਰਹਿ ਕੇ ਕਿ ਬੰਦੀ ਸਿੰਘਾਂ ਨੂੰ ਛੱਡੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਰਬੀਆਂ ਵਾਸਤੇ ਕਾਨੂੰਨ ਬਣਾਓ ਫਿਰ ਇਹਦੇ ਵਿੱਚ ਇੰਨੀ ਕਿਹੜੀ ਇਸ ਤਰ੍ਹਾਂ ਦੀ ਮੰਗ ਹੈ ਵੀ ਜਿਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਇਹ ਤਾਂ ਸਰਕਾਰ ਨੂੰ ਆਪ ਚਾਹੀਦਾ ਨਾ ਇੱਕ ਪਾਸੇ ਤਾਂ ਅਸੀਂ ਇਹ ਢੰਡੋਰਾ ਪਿੱਟਦੇ ਹਾਂ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਪ੍ਰਜਾ ਦੀ ਮਾਈ ਬਾਪ ਹੁੰਦੀ ਹੈ ਅਤੇ ਇੱਥੇ ਜਿਹੜੀ ਸਰਕਾਰ ਆ ਇਹ ਫਿਰ ਮਾਈ ਬਾਪ ਕਿਉਂ ਨਹੀਂ ਇੱਥੇ ਕਿਉਂ ਜਿਹੜਾ ਬਾਬਰ ਸ਼ਾਹੀ ਵਾਲਾ ਜਿਹੜਾ ਇੱਕ ਸਲੀਕਾ ਵਰਤਿਆ ਜਾ ਰਿਹਾ ਹੈ ਇੱਥੇ CM ਭਗਵੰਤ ਮਾਨ ਨੂੰ ਸਵਾਲ ਕੀਤੇ ਜਾਂਦੇ ਆ ਚੱਲਦੇ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹ ਕਹਿ ਦਿੰਦੇ ਮੈਨੂੰ ਸੁਣਿਆ ਨਹੀਂ ਜੇ ਕੋਈ ਬੰਦਾ ਕੰਨਾਂ ਦਾ ਮਰੀਜ਼ ਹੋਵੇ ਤਾਂ ਉਹਦੇ ਵਾਸਤੇ ਅਸੀਂ ਕਹਿ ਦਾਂਗੇ ਵੀ ਉਹਨੂੰ ਘੱਟ ਸੁਣਦਾ ਆ ਪਰ ਭਗਵੰਤ ਮਾਨ ਇੱਦਾਂ ਕਹਿ ਕੇ ਆਪਣੇ ਚੱਲਦੇ ਬੰਦੇ ਨੇ ਇੱਥੇ ਪੰਥ ਹੈ ਜਿਹੜਾ ਖਾਲਸਾਈ ਰਵਾਇਤਾਂ ਦੇ ਅਨੁਸਾਰ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਅਸੀਂ ਦਿੱਲੀ ਬਾਰਡਰ ਦੀ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਦੋਸ਼ੀ ਆਏ ਸੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੋਧਾ ਲਾਇਆ ਅਸਲ ਦੇ ਵਿੱਚ ਜਿਹੜੀ ਸਿੱਖ ਪੰਥ ਦੀ ਰਵਾਇਤ ਹੈ ਰਵਾਇਤ ਇਹ ਹੈ ਅਤੇ ਆਪਣੀ ਰਵਾਇਤ ਕਿਤੇ ਨਾ ਕਿਤੇ ਜਿਹੜਾ ਪੰਥ ਹੈ ਉਹ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਦਾ ਅੜੀਅਲ ਰਵੱਈਆ ਰਹਿੰਦਾ ਤਾਂ ਜਿਹੜਾ ਪੰਥ ਉਹ ਇਸੇ ਤਰ੍ਹਾਂ ਆਪਣੀ ਜਿਹੜੀ ਉਹਨਾਂ ਦੀ ਰਵਾਇਤ ਪੁਰਾਤਨ ਸਮੇਂ ਤੋਂ ਚੱਲਦੀ ਆਉਂਦੀ ਉਸ ਮੁਤਾਬਕ ਚੱਲੇਗਾ ਸਰਕਾਰ ਦੇ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਦੇਸ਼ ਦੇ ਕਾਨੂੰਨ ਦੀ ਗੱਲ ਕੀਤੀ ਹੈ ਤਾਂ ਖਾਲਿਸਤਾਨ ਸ਼ਬਦ ਜਿਹੜਾ ਉਹ ਬੰਦਾ ਕੋਈ ਵੀ ਲੈ ਸਕਦਾ ਦੇਸ਼ ਦਾ ਕਾਨੂੰਨ ਕਹਿੰਦਾ ਆ ਪਰ ਕੱਲ੍ਹ ਦੀਪ ਸਿੱਧੂ ਦੀ ਬਰਸੀ ਮਨਾ ਹੁੰਦੀ ਹੈ ਜਿੱਥੇ ਉਹਦੀ ਡੈਥ ਹੁੰਦੀ ਤਾਂ ਉੱਥੇ 10 ਨੌਜਵਾਨਾਂ ਉੱਤੇ ਪਰਚੇ ਦਰਜ ਹੋ ਜਾਂਦੇ ਨੇ ਸੋਨੀਪਤ ਪੁਲਿਸ ਵੱਲੋਂ ਕਰਜ਼ੇ ਦਰਜ ਕਰ ਦਿੱਤੇ ਜਾਂਦੇ ਨੇ ਤਾਂ ਕਿਵੇਂ ਦੇਖਦੇ ਹੋ ਕਿ ਦੇਸ਼ ਦਾ ਕਾਨੂੰਨ ਵੱਡਾ ਜਾਂ ਉਹ ਪੁਲਿਸ ਪ੍ਰਸ਼ਾਸਨ ਵੱਡਾ ਬਈ ਇਹ ਤਾਂ ਹਾਕਮਾਂ ਨੂੰ ਜਿਹੜੀ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਨੌਜਵਾਨਾਂ ਦੇ ਉੱਪਰ ਪਰਚੇ ਦਰਜ ਕਰ ਰਹੇ ਹਾਂ ਪਹਿਲਾਂ ਆਪਣੇ ਸੰਵਿਧਾਨ ਦੇ ਵੱਲੇ ਦੇਖ ਲੈਣ ਜੇ ਤੁਹਾਡਾ ਸੰਵਿਧਾਨ ਕਹਿੰਦਾ ਕਿ ਤੁਸੀਂ ਪੀਸਫੁਲੀ ਤਰੀਕੇ ਦੇ ਨਾਲ ਜਿਹੜਾ ਆਪਣੇ ਰਾਜ ਦੀ ਮੰਗ ਕਰ ਸਕਦੇ ਹੋ ਜੇ ਇੱਥੇ ਹਿੰਦੂ ਜੇ ਇੱਥੇ ਜਿਹੜੇ ਉਹ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਬ੍ਰਹਮ ਗਿਆਨੀ ਅਖਵਾਉਂਦੇ ਨੇ ਜੇ ਉਹ ਸ਼ਰੇਆਮ ਭਰੀ ਸਭਾ ਦੇ ਵਿੱਚ ਜਾਂ ਹਥਿਆਰਾਂ ਦੀ ਨੋਕ ਦੇ ਉੱਪਰ ਕਹਿ ਸਕਦੇ ਨੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਜੇ ਇੱਥੇ ਸਿੱਖ ਨੌਜਵਾਨ ਮੰਗ ਕਰਦੇ ਨੇ ਫਿਰ ਸਮੱਸਿਆ ਕੀ ਆ ਕਿਹੜੀ ਗੱਲ ਤੋਂ ਕੀੜੀਆਂ ਲੜਦੀਆਂ ਇਹਨਾਂ ਨੂੰ ਫਿਰ ਤਾਂ ਜਿਹੜੇ ਨੌਜਵਾਨ ਆਪਣੇ ਪੀਸਫੁਲੀ ਤਰੀਕੇ ਦੇ ਨਾਲ ਆਪਣੇ ਰਾਜ ਦੀ ਮੰਗ ਕਰਦੇ ਆ ਅਤੇ ਉਹਨਾਂ ਨੂੰ ਮੰਗ ਕਰਨ ਦਿਓ ਮੰਗ ਕਰਦੇ ਉਹਨਾਂ ਨੂੰ ਉਹ ਉਹਨਾਂ ਦਾ ਰੋਡ ਮੈਪ ਹੈ ਅਤੇ ਜੇ ਤੁਹਾਡੇ ਬੰਦੇ ਆਪਣੇ ਰਾਜ ਦੀ ਸ਼ਰੇਆਮ ਮੰਗ ਕਰ ਸਕਦੇ ਜੇ ਉਹਨਾਂ ਵਾਸਤੇ ਤੁਸੀਂ ਕੋਈ ਕੋਈ ਕਰੜਾ ਕਾਨੂੰਨੀ ਜਾਂ ਸਖਤ ਕਾਰਵਾਈ ਨਹੀਂ ਕਰਦੇ ਫਿਰ ਸਿੱਖ ਨੌਜਵਾਨਾਂ ਨੂੰ ਕਿਉਂ ਟਾਰਗੇਟ ਕਰਦੇ ਹੋ ਇਹ ਤਾਂ ਨਾ ਕਿਤੇ ਭਾਰਤੀ ਹਕੂਮਤਾਂ ਨੂੰ ਸ਼ਰਮਸ਼ਾਰ ਹੋਣਾ ਪਵੇਗਾ ਸੱਤਾ ਵਿੱਚ ਨੇ ਸੱਤਾਧਾਰੀ CM ਭਗਵੰਤ ਮਾਨ
उन्हां नूं किते ना किते इस गल दे वल्ले ध्यान जरूर देना पवेगा। ये जो पंजाब दी धरती दे उपर पंजाब दे नौजवानां दे नाल वापरिया, फिर भगवंत मान अखां दे उपर पट्टी क्यों बन्न के बैठे हुए ने, वो कन्नां तों क्यों कहिंदे ने कि मैनूं सुनाई नहीं दिंदा, इन्ना बोला पंजाब दा जिहड़ा मुख्यमंत्री उह कदे वास्ते नहीं हो सकदा। मैं हुण समाप्ति करना चाहना थोड़ी एक कविशरी दे नाल, क्योंकि स्टार्टिंग विच कहा कि पिछोकड़ तो तुसी कविशर हो, पर गल्लां थोड़े नाल अजी पत्रकारी वालियां कीतियां आ, ते कविशरी थोड़ी जरूर सुननी चाहवांगे आपां। ਬਾਈ ਜੀ ਬਿਲਕੁਲ, ਆਪਾਂ ਜਿਹੜੀ ਚੀਜ਼ ਨੂੰ ਕੁਝ ਸਮੇਂ ਵਾਸਤੇ ਬਾਹਰੀ ਤੌਰ 'ਤੇ ਵਿਸਾਰ ਦਿੰਦੇ, ਮੈਂ ਅੰਦਰੂਨੀ ਤੌਰ 'ਤੇ ਨਹੀਂ ਕਹਿ ਰਿਹਾ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਵਿਰਸੇ ਦੇ ਵਿੱਚ ਮਿਲ ਜਾਂਦੀ ਹੈ, ਜਿਵੇਂ ਮੇਰੇ ਫਾਦਰ ਸਾਹਿਬ ਪਿਤਾ ਜੀ ਦੀ ਗੱਲ ਕਰੀਏ, ਉਹ ਵੀ ਕਵੀਸ਼ਰੀ ਕਰਦੇ ਸੀ, ਤਾਂ ਮੈਂ ਵੀ ਤਕਰੀਬਨ ਜਿਹੜਾ ਇਸ ਆਪਣੇ ਪੁਰਾਤਨ ਵਿਰਸੇ ਦੇ ਨਾਲ ਜੁੜਿਆ ਹੋਇਆ, ਚਾਹੇ ਗੁਣਗੁਣਾਉਂਦੇ ਰਹਿੰਦੇ ਆਪਾਂ, ਚਾਹੇ ਪੇਸ਼ਾ ਤਬਦੀਲ ਹੋ ਜਾਂਦਾ, ਪਰ ਜਿਹੜੀ ਚੀਜ਼ ਤੁਹਾਨੂੰ ਬਚਪਨ ਦੇ ਵਿੱਚ ਮਿਲ ਜਾਂਦੀ ਉਹ ਕਦੇ ਨਹੀਂ ਵਿਸਰਦੀ। ਅਤੇ ਮੈਂ ਤੁਹਾਡੇ ਨਾਲ ਉਸ ਵੇਲੇ ਦੀ ਜਿਹੜੀ ਨਜ਼ਮ ਹੈ ਸਾਂਝੀ ਕਰਨੀ ਚਾਹੁੰਦਾ, ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂਰੇ ਨੂੰ ਭੇਜਦੇ ਹੈ ਸਰਹੰਦ ਦੀ ਧਰਤੀ 'ਤੇ, ਕਿਉਂਕਿ ਉੱਥੇ ਉਹਦੀ ਭੈਣ ਨੂਰਾਂ ਵਿਆਹੀ ਹੁੰਦੀ ਹੈ, ਅਤੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ ਪੁੱਛਦਾ, ਤਾਂ ਭੈਣ ਦਾ ਅਤੇ ਵੀਰ ਦਾ ਜਿਹੜਾ ਮਿਲਾਪ ਹੁੰਦਾ, ਸਭ ਤੋਂ ਪਹਿਲਾਂ ਭੈਣ ਰੋਂਦੀ ਹੈ ਕਿ ਵੀਰਾ ਤੂੰ ਇੱਥੇ ਕੀ ਲੈਣ ਵਾਇਆ, ਕਿ ਇੱਥੇ ਤਾਂ ਛੋਟੇ ਨਿਰਵੈਰ ਮਸੂਮਾਂ ਨੂੰ ਜਿਹੜਾ ਜ਼ਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਤਾਂ ਮਸਤ ਸਾਹਿਬ ਦੀ ਇੱਕ ਲਿਖਤ ਹੈ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਤਾਂ ਮਾਰ ਮਾਰ ਨੂਰੀ ਕਹਿਣ ਲੱਗੀ ਵੀਰ ਤਾਈ, ਵੀਰਾ ਦੁੱਖ ਜਾਂਦਾ ਨਹੀਂ ਸੁਣਾਇਆ, ਹੋਇਆ ਜੋ ਜ਼ੁਲਮ ਸਰਹੰਦ ਮੇਰੇ ਵੀਰ ਆਵੇ, ਵੇਖ ਸਾਰਾ ਜੱਗ ਕੁਰਲਾਇਆ, ਵੇਖ ਸਾਰਾ ਜੱਗ ਕੁਰਲਾਇਆ, ਹੋਵੇਗਾ ਗਰਕ ਸਰਹੰਦ ਸ਼ਹਿਰ ਕਿਸੇ ਦਿਨ, ਜਿਹੜੇ ਪਾਪ ਗਏ ਨੇ ਕਮਾਏ, ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋਕੇ ਜ਼ਾਲਮਾਂ ਨੇ, ਬੱਚੇ ਨੀਹਾਂ ਵਿੱਚ ਚਿਣਵਾਏ ਵੀਰਾਂ ਮੇਰਿਆ, ਬੱਚੇ ਨੀਹਾਂ ਵਿੱਚ ਚਿਣਵਾਏ, ਸ਼ੇਰ ਖਾਨ ਕੂਕਿਆ ਸੀ ਭਰੇ ਦਰਬਾਰ ਵਿੱਚ, ਬੱਚਿਆਂ 'ਤੇ ਕੈਰ ਨਾ ਗੁਜ਼ਾਰੋ, ਕਿਵੇਂ ਇਸਲਾਮ ਮੰਨੂ ਲਾਣਤ ਕੁਰਾਨ ਪਾਊ, ਇਹ ਕੰਮ ਨਾ ਕਰੋ ਤੂੰ ਵਸਾਰੋ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਨੌਜਵਾਨ ਵੀਰ ਰਜਿੰਦਰ ਸਿੰਘ ਸਵਰਾਜ ਸਾਡੇ ਨਾਲ ਜੁੜੇ ਸੀ, ਗੱਲਬਾਤ ਕੀਤੀ ਇਹਨਾਂ ਦੇ ਨਾਲ। ਤਾਂ ਸੋ ਮੋਰਚਾ ਜਿਹੜਾ ਆ ਉਹਦੇ ਵਿੱਚ ਹਰ ਕੋਈ ਆਪਣੇ ਤੌਰ 'ਤੇ ਯੋਗਦਾਨ ਪਾ ਰਿਹਾ, ਕਿਉਂਕਿ ਜਿਹੜੀ ਧੱਕੇ ਦੀ ਗੱਲ ਆ, ਜੋ ਧੱਕਾ ਹੈਗਾ ਆ, ਉਹ ਕਿਤੇ ਨਾ ਕਿਤੇ ਨਜ਼ਰ ਆਉਂਦਾ ਆ। ਜੋ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ, ਲੰਬੇ ਸਮੇਂ ਤੋਂ 328 ਸਰੂਪਾਂ ਦਾ ਮਸਲਾ, ਬੇਅਦਬੀਆਂ ਦਾ ਮਸਲਾ, ਬਹਿਬਲ ਕਲਾ ਗੋਲੀਕਾਂਡ ਦਾ ਮਸਲਾ ਜਿਹੜਾ ਉਲਝਦਾ ਆ, ਜਾਂ ਸਰਕਾਰਾਂ ਜੇ ਗੱਲ ਕਰ ਲਈਏ, ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਸੋ ਉਹ ਬੇਇਨਸਾਫੀ ਦਾ ਜਿਹੜਾ ਆ ਉਹ ਰੂਪ ਜਿਹੜਾ ਦੇਖਣ ਨੂੰ ਮਿਲਦਾ, ਜਿਸ ਕਰਕੇ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ, ਹਰ ਇੱਕ ਬੱਚਾ, ਬੀਬੀ, ਭੈਣ, ਬਜ਼ੁਰਗ ਜਿਹੜੇ ਆ ਇਸ ਮੋਰਚੇ ਵਿੱਚ ਪਹੁੰਚ ਕੇ ਮੋਰਚੇ ਦੀ ਜਿੱਤ ਲਈ ਜਿਹੜੀ ਆ ਉਹ ਸੰਘਰਸ਼ ਕਰ ਰਹੇ ਨੇ।